ਜਿਹੜੇ ਰਹਿੰਜੋ ਆਪਣੇ ਵਾਲਦੈਨ ਨਾਲ, ਉਹਨਾਂ ਕੋਲੋਂ ਮਾਫੀ ਮੰਗੋ ਜਾ ਮੰਗੋ ਜਾ ਮੰਗੋ ਜਾ ਮੰਗੋ ਜਾ ਇਹ ਵਾਲਦੈਨ ਦੇ ਵਾਸਤੇ ਮੇਰੇ ਅਕਾਲੀ ਸਲਾਹ ਰੱਬੇ ਕਾਇਨਾਤ ਨੇ ਫਰਮਾਇਆ, ਰੱਬ ਫਰਮਾਉਂਦਾ ਮੇਰੀ ਤੁਹਾਡੇ ਵਾਲਦੈਨ ਦੀ ਨਾਰਾਜ਼ਗੀ ਮੇਰੀ ਨਾਰਾਜ਼ਗੀ, ਤੁਹਾਡੇ ਵਾਲਦੈਨ ਦੀ ਖੁਸ਼ੀ ਚ ਮੇਰੀ ਖੁਸ਼ੀ ਹੈ। ਜਿਹੜੇ ਰੱਬ ਨੂੰ ਖੁਸ਼ ਵੇਖਣਾ ਚਾਹੁੰਦੇ ਵਾਲਦੈਨ ਨੂੰ ਖੁਸ਼ ਕਰੋ, ਖੁਸ਼ ਕਰੋ, ਖੁਸ਼ ਕਰੋ, ਖੁਸ਼ ਕਰੋ। ਆਖਿਆ ਜਨਾਬੇ ਵਾਲਾ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਬੋਲੇ, ਬਾਬਾ ਜਿਵੇਂ ਤੁਸੀਂ ਆਖੋ ਜਿਵੇਂ ਰੱਬੇ ਕਾਇਨਾਤ ਦਾ ਹੁਕਮ ਹੈ ਤੁਸੀਂ ਉੰਜੇ ਕਰੋ, ਇਨਸ਼ਾਅੱਲਾ ਮੈਨੂੰ ਸਬਰ ਕਰਨ ਵਾਲਿਆਂ ਚੋਂ ਪਾਓਗੇ। ਪਰ ਬਾਬਾ ਮੈਨੂੰ ਜ਼ਬਾ ਤੇ ਤੁਸਾਂ ਕਰ ਦੇਣਾ, ਪਰ ਮੇਰੀਆਂ ਚੰਦ ਰਿਕਵੈਸਟਾਂ ਨੇ, ਮੇਰੀਆਂ ਚੰਦ ਗੁਜ਼ਾਰਸ਼ਾਂ ਨੇ, ਬਾਬਾ ਉਹਨਾਂ ਨੂੰ ਪੂਰਾ ਕਰ ਦਿੱਤਾ ਜਾਏ। ਪੁੱਤਰਾ ਬੋਲ, ਕੀ ਕਹਿਣਾ ਚਾਹੁੰਦੇ? ਹਜ਼ਰਤ ਜਿਵੇਂ ਘਰ ਦਰ ਦੇ ਦਿਲ ਰੱਖਣ ਵਾਲੇ ਹੋ, ਗੌਰ ਨਾਲ ਸੁਣੋ। ਇਬਰਾਹੀਮ ਅਲੈਹਿਸ ਸਲਾਮ ਨੂੰ ਪੁੱਤਰ ਕਹਿਣ ਲੱਗਾ, ਬਾਬਾ ਤੁਸੀਂ ਮੇਰੇ ਬਾਪ ਹੋ ਤੇ ਬਾਪ ਨੂੰ ਔਲਾਦ ਨਾਲ ਬੜਾ ਪਿਆਰ ਹੁੰਦਾ, ਮੈਂ ਤੁਹਾਡਾ ਪੁੱਤਰ ਹੋਵਾਂ, ਤੈਨੂੰ ਦੁਆਵਾਂ ਮੰਗ ਮੰਗ ਕੇ ਰੱਬ ਕੋਲੋਂ ਲਿਆ ਜੇ। ਅੱਜ ਮੈਨੂੰ ਜ਼ਬਾ ਕਰਨ ਵਾਸਤੇ ਆ ਗਏ ਹੋ, ਤੁਸੀਂ ਮੇਰੇ ਨਾਲ ਬੜਾ ਪਿਆਰ ਕਰਦੇ ਹੋ, ਜਦੋਂ ਤੁਸੀਂ ਮੈਨੂੰ ਲਿਟਾ ਦੇਵੋ ਹਲਕ ਤੇ ਛੁਰੀ ਰੱਖ ਦੇਣੀ ਏ, ਆਪਣੀਆਂ ਅੱਖਾਂ ਤੇ ਪੱਟੀ ਬੰਨ ਲੈਣਾ। ਪੁੱਤਰਾ ਕਿਉਂ ਅੱਜ ਕੀਤੀ? ਬਾਬਾ ਮੈਂ ਤੁਹਾਡਾ ਪੁੱਤਰ ਹਾਂ, ਤੁਸੀਂ ਮੇਰੀ ਹਲਕ ਤੇ ਛੁਰੀ ਚਲਾਉਣੀ ਏ, ਹੁਣ ਨਿਕਲ ਜਾਣਾ, ਗਲਾ ਕੱਟਿਆ ਜਾਣਾ, ਤੁਹਾਡੇ ਕੋਲੋਂ ਵੇਖਿਆ ਨਹੀਂ ਜਾਣਾ। ਜਦੋਂ ਤੁਸੀਂ ਮੇਰੇ ਚਿਹਰੇ ਵੱਲ ਵੇਖਣਾ, ਉਹ ਕਿਤੇ ਉਹ ਨਾ ਹੋਵੇ, ਪੁੱਤਰ ਦੀ ਮੁਹੱਬਤ ਰੱਬ ਦੀ ਮੁਹੱਬਤ ਦੇ ਆੜੇ ਆ ਜਾਏ। ਬਾਬਲਾ ਤੁਸੀਂ ਅੱਖਾਂ ਤੇ ਪੱਟੀ ਬੰਨ ਲੈਣੀ ਏ, ਤੇ ਦੂਜੀ ਅਰਜ਼ ਮੇਰੀ ਏ, ਬਾਬਾ ਜਦੋਂ ਮੈਨੂੰ ਦਬਾ ਕਰਨ ਲੱਗੋ ਮੇਰੇ ਹੱਥ ਤੇ ਪੈਰ ਰੱਸੀ ਨਾਲ ਬੰਨ ਲੈਣੇ ਨੇ। ਪੁੱਤਰਾ ਵਜ੍ਹਾ ਕੀ ਏ? ਬਾਬਾ ਜਦੋਂ ਛੁਰੀ ਚਲਾਓਗੇ ਮੈਨੂੰ ਤਕਲੀਫ ਹੋਵੇਗੀ, ਮੇਰਾ ਜਿਸਮ ਤੜਪੇਗਾ, ਮੈਂ ਨਹੀਂ ਚਾਹੁੰਦਾ ਮੇਰੇ ਖੂਨ ਦੇ ਛਿੱਟੇ ਤੁਹਾਡੇ ਕੱਪੜਿਆਂ ਤੇ ਪੈ ਜਾਣ। ਤੇ ਬਾਬਾ ਤੀਸਰੀ ਅਰਜ਼ ਦੇਵੇ, ਮੇਰਾ ਖੂਨ ਦਾ ਲਾਲ ਲੱਥਪੱਥ ਕਮੀਜ਼, ਮੇਰਾ ਕੁੜਤਾ, ਮੇਰੇ ਕੱਪੜੇ ਮੇਰੀ ਮਾਂ ਹਾਜ਼ਰਾ ਨੂੰ ਦੇ ਦੇਣਾ, ਤੇ ਮੇਰੀ ਅੰਮਾ ਨੂੰ ਆਖਣਾ ਵੀ ਹਾਜ਼ਰਾ ਤੇਰਾ ਪੁੱਤਰ ਤੇ ਕੁਰਬਾਨ ਹੋ ਗਿਆ ਏ। ਜੇ ਪੁੱਤਰ ਦੀ ਕਦੀ ਯਾਦ ਆਵੇ, ਜੇ ਪੁੱਤਰ ਨੂੰ ਮਿਲਣ ਦਾ ਦਿਲ ਕਰੇ, ਉਹ ਜੇ ਪੁੱਤਰ ਨੂੰ ਮਿਲਣ ਦਾ ਦਿਲ ਕਰੇ। ਹਜ਼ਰਤ ਜੀ ਵਕਾਰ ਜਰਾ ਤਵੱਜੋ ਕਰੋ, ਕਿਸੇ ਦਾ ਬਾਪ ਬਾਹਰ ਜਾਣ ਲੱਗੇ, ਮੁਲਕੇ ਪਾਕਿਸਤਾਨ ਤੋਂ ਬਾਹਰ ਜਾਣ ਲੱਗੇ, ਉਹਦਾ ਵੀਜ਼ਾ ਲੱਗ ਜਾਏ, ਹਜ਼ਰਤ ਜੀ ਵਕਾਰ ਜਾਣ ਲੱਗੇ, ਪੁੱਤਰ ਵੀ ਸੀਨੇ ਨਾਲ ਲੱਗਦਾ, ਪੁੱਤਰ ਰੋਂਦਾ, ਧੀਆਂ ਰੋਂਦੀਆਂ ਨੇ, ਲੋਕ ਆਉਂਦੀਆਂ ਨੇ, ਉਹ ਦੌਲਤ ਖਸਮਾਂ ਨੂੰ ਖਾਏ। ਪਰ ਬਾਬਾ ਪਰਦੇਸ ਨਹੀਂ ਜਾਣਾ, ਸਾਡੇ ਕੋਲ ਰਹੋ। ਹਜ਼ਰਤ ਜੀ ਵਕਾਰ ਤਵੱਜੋ ਕਰੋ, ਤੇ ਜੇ ਪੁੱਤਰ ਜਵਾਨ ਹੋਵੇ, ਪੁੱਤਰ ਦੁਨੀਆ ਤੋਂ ਚਲਾ ਜਾਏ, ਉਸ ਮਾਪਿਆਂ ਦੀ ਕਿਹੜੀ ਜ਼ਿੰਦਗੀ ਹੈ ਜਿਨ੍ਹਾਂ ਦੇ ਪੁੱਤਰ ਦੁਨੀਆ ਤੋਂ ਟੁਰ ਜਾਂਦੇ ਨੇ? ਇੱਕੋ ਬਾਪ ਜਿਹੜਾ ਹੱਥੀ ਆਪਣੇ ਪੁੱਤਰ ਨੂੰ ਪਿਆ ਟੋਰ ਲੈ, ਰੱਬ ਦੀ ਰਜ਼ਾ ਪਿਆ ਮੰਨ ਲੈ, ਜਿਵੇਂ ਰੱਬ ਆਖੇ ਮੈਂ ਉਂਝ ਹੀ ਕਰਨਾ। ਇਸਰਾਇਲ ਸਲਾਮ ਆਉਂਦੇ ਨੇ, ਬਾਬਾ ਮੇਰੀ ਅੰਮਾ ਨੂੰ ਜਾ ਕੇ ਕਹਿ ਦੇਣਾ, ਜੇ ਪੁੱਤਰ ਤੋਂ ਦਿਲ ਉਦਾਸ ਹੋ ਜਾਏ, ਜੇ ਪੁੱਤਰ ਨੂੰ ਮਿਲਣ ਦਾ ਦਿਲ ਕਰੇ, ਪੁੱਤਰ ਨਾਲ ਪਿਆਰ ਕਰਨ ਦਾ ਦਿਲ ਕਰੇ, ਨੀ ਹਾਜ਼ਰਾ ਇਸਮਾਇਲ ਦੇ ਕੱਪੜਿਆਂ ਨਾਲ ਪਿਆਰ ਕਰ ਲਿਆ। ਇਸਮਾਇਲ ਦੇ ਕੱਪੜੇ ਨੇ
ਇਹਨਾਂ ਨਾਲ ਪਿਆਰ ਕਰ ਲਿਆ ਕਰ ਲਿਆ ਕਰ ਹਜ਼ਰਤ ਦੀ ਵਕਾਰ ਤਵੱਜੋ ਕਰੋ ਮੀਆਂ ਸਾਹਿਬ ਰਹਿਮਤੁਲਾਹ ਅਲੈਹ ਫਰਮਾਉਂਦੇ ਨੇ ਉੱਚੀਆਂ ਲੰਮੀਆਂ ਲਾਲ ਖਜੋਰਾਂ ਤੇ ਗੂੜੀਆਂ ਜਿਨ੍ਹਾਂ ਦੀਆਂ ਛਾਵਾਂ ਤਾਜ ਮੁਹੰਮਦ ਪਾਪ ਸਿਰਦਾ ਤਾਜ ਮੁਹੰਮਦ ਤੇ ਮਾਵਾਂ ਠੰਡੀਆਂ ਛੇਤੀ ਜਾ ਜੰਨਤ ਵਿੱਚ ਤੁੰਬਾ ਲੈ ਜਾ ਜੰਨਤ ਵਿੱਚੋਂ ਤੁੰਬਾ ਲੈ ਜਾ ਇਬਰਾਹਿਮ ਦੇ ਛੁਰੇ ਥੱਲੋ ਇਸਮਾਇਲ ਨੂੰ ਕੱਢ ਦੇ ਤੁੰਬਾ ਥੱਲੇ ਰੱਖ ਦੇ ਅਸਾਂ ਇਸਮਾਇਲ ਦੀ ਕੁਰਬਾਨੀ ਕਬੂਲ ਕਰ ਲਈਏ ਵਫਾਦਾਰੀ ਨਾ ਹੋ ਤੇ ਬਹਿਨਾਦੀਮ ਅਸਾਂ ਵੱਡੀ ਕੁਰਬਾਨੀ ਨਾਲ ਇਸਮਾਇਲ ਦਾ ਫਿਦਿਆ ਕਬੂਲ ਕੀਤਾ ਹੈ ਹਜ਼ਰਤ ਦਿਵਕਾਲ ਜਬਰੀਲ ਆਏ ਛੁਰੀ ਚਲਾਉਂਦੇ ਹਜ਼ਰਤ ਇਬਰਾਹੀਮ ਸਲਾਮ ਪੁੱਤਰ ਦੀ ਹਲਤ ਤੇ ਛੁਰੀ ਚਲਾਉਂਦੇ ਨੇ ਛੁਰੀ ਨਹੀਂ ਚੱਲਦੀ ਫਿਰ ਚਲਾਈ ਛੁਰੀ ਨਹੀਂ ਚੱਲੀ ਇਬਰਾਹੀਮ ਨੇ ਪੱਥਰ ਤੇ ਛੁਰੀ ਮਾਰੀ ਪੱਥਰ ਨੇਜ਼ਾਰੇ ਦਾ ਹੋ ਗਿਆ ਇਬਰਾਹੀਮ ਨੇ ਸਲਾਮ ਬੋਲੇ ਨੀ ਛੁਰੀਏ ਨੀ ਪੱਥਰ ਤੇ ਤੋੜ ਦਿੱਤਾ ਈ ਨਾਜ਼ਕ ਹਲਕ ਕਿਉਂ ਨਹੀਂ ਕੱਟਦੀ ਇਹ ਰੇਸ਼ਮ ਨਾਲੋਂ ਨਾਜ਼ਕ ਹਲਕੂ ਮੈਂ ਇਹਨੂੰ ਕਿਉਂ ਨਹੀਂ ਕੱਟਦੀ ਛੁਰੀ ਕਹਿੰਦੀ ਏ ਮੌਲਾ ਨਾ ਜ਼ਬਾਨ ਦਿੱਤੀ ਆ ਨਾ ਬੋਲਣ ਦੀ ਤਾਕਤ ਦਿੱਤੀ ਆ ਜੇ ਕੁਵਤ ਗੋਇਆਈ ਦੇਵੇਂ ਤੇਰੇ ਨਬੀ ਨਾਲ ਗੱਲ ਤੇ ਕਰਾਂ ਮੌਲਾ ਮੈਂ ਮਜਬੂਰ ਆ ਰੱਬੇ ਕਾਇਨਾਤ ਨੇ ਛੁਰੀ ਨੂੰ ਬੋਲਣ ਦੀ ਤਾਕਤ ਦਿੱਤੀ ਛੁਰੀ ਕਹਿੰਦੀ ਏ ਓਏ ਅੱਲਾ ਦੇ ਨਬੀ ਤੂੰ ਕਹਿੰਦਾ ਚੱਲ ਰੱਬ ਦਾ ਨਾ ਚੱਲ ਤੇਰੀ ਮੰਨਾ ਕੇ ਉਹਦੀ ਮੰਨੀ ਮੰਨੀ ਤੇਰੀ ਮੰਨਾ ਰੱਬ ਆਂਦਾ ਨਾ ਚੱਲ ਤੂੰ ਆਂਦਾ ਚੱਲ 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 ਕਿਹਦੀ ਮੰਨਾ ਹਜ਼ਰਤ ਦੀ ਵਕਾਰ ਤਵੱਜੋ ਕਰੋ ਜਬਰੀਲ ਆ ਗਏ ਦੁੰਬਾ ਥੱਲੇ ਜਦੋਂ ਅੱਖਾਂ ਤੋਂ ਪੱਟੀ ਖੁੱਲੀ ਇਸਮਾਇਲ ਅਲੈਹਿਸ ਸਲਾਮ ਕੋਲ ਖਲੋਤੇ ਨੇ ਦੁੰਬਾ ਦਬਾਇਆ ਮੌਲਵੀ ਮੈਨੂੰ ਇੱਕ ਬੰਦਾ ਕਹਿਣ ਲੱਗਾ ਇਹ ਜੀ ਹਜ਼ਰਤ ਇਸ ਈਸਾ ਅਲੈਹਿਸ ਸਲਾਮ ਕਿੱਥੇ ਨੇ ਊਟ ਪਟੰਗ ਸਵਾਰ ਕਰ ਕਿੱਥੇ ਨੇ ਮੈਂ ਕਿਹਾ ਜੀ ਚੌਥੇ ਆਸਮਾਨ ਅੱਛਾ ਜੀ ਮੈਂ ਕਿਹਾ ਜ਼ਿੰਦਾ ਹੀ ਚੁੱਕ ਲਏ ਸਨ ਅੱਲਾ ਨੇ ਮੈਂ ਕਿਹਾ ਅੱਛਾ ਤੇ ਉਹਨਾਂ ਨੂੰ ਪਿਸ਼ਾਬ ਦੀ ਆਦਤ ਵੀ ਹੁੰਦੀ ਹੋਏਗੀ ਇਬਰਾਹਿਮ ਅਲੈਹਿਸ ਸਲਾਮ ਜਦੋਂ ਪੁੱਤਰ ਦੀ ਹਲਕ ਤੇ ਛੁਰੀ ਰੱਖੀ ਰੱਬ ਆਖਿਆ ਜਬਰੀਲ ਦੁੰਬਾ ਲੈ ਜਾ ਯਾ ਅੱਲਾ ਖੜਾ ਕਿੱਥੋਂ ਫਰਮਾਇਆ ਜੰਨਤ ਚੋਂ ਮੈਂ ਕਿਹਾ ਦੁੰਬਾ ਕਿੱਥੇ ਸੀ ਆਂਦਾ ਜੰਨਤ ਵਿੱਚ ਮੈਂ ਕਿਹਾ ਜ਼ਿੰਦਾ ਹੀ ਸੀ ਨਾ
ਮੈਂ ਕਿਹਾ ਜਿੰਦਾ ਹੀ ਸੀ ਨਾ ਆਂਦਾ ਜੀ ਆਹੋ ਤੇ ਮੈਂ ਕਿਹਾ ਜਿੱਥੇ ਉਹਦਾ ਪਿਸ਼ਾਬ 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 ਸਭ ਕੁਝ ਜਾਂਦਾ ਹੋਗਾ ਤੇ ਸਾਡਾ ਵੀ ਟੁਰ ਜਾਂਦਾ ਹੋਗਾ ਜਾਂਦਾ ਹੋਗਾ ਜਾਂਦਾ ਹੋਗਾ ਮੈਂ ਕਿਹਾ ਪਾਗਲ ਦੇ ਪੁੱਤਰਾ ਉੱਥੇ ਤੇ ਇਹਨਾਂ ਚੀਜ਼ਾਂ ਦੀ ਆ ਜਾਂਦੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਪਰ ਇੱਕ ਗੱਲ ਦੇ ਵਿੱਚ ਰੱਖੋ ਰੱਖੋ ਉਹ ਬਾ ਕਮਾਲ ਸ਼ਖਸੀਅਤ ਜਿਨ੍ਹਾਂ ਦਾ ਜ਼ਿਕਰ ਅਸੀਂ ਕਰ ਰਹੇ ਹਾਂ ਬਾ ਕਮਾਲ ਸ਼ਖਸੀਅਤ ਹਜ਼ਰਤ ਇਬਰਾਹੀਮ ਸਾਹਿਬ ਰੱਬ ਦੀ ਬਾਰਗਹ ਚ ਕੀਤੀ ਮੌਲਾ ਤੂੰ ਹੁਕਮ ਦਿੱਤਾ ਨਾਰੇ ਨਮਰੂਦ ਵਿੱਚ ਚੱਲ ਤੇ ਮੈਂ ਤੇਰਾ ਹੁਕਮ ਮੰਨਿਆ ਪਰ ਇਹਦੇ ਵਿੱਚ ਵੀ ਮੇਰਾ ਮਕਸਦ ਇਬਰਾਹੀਮ ਅਲੈਹਿਸ ਸਲਾਮ ਅਰਜ਼ ਕੀਤੀ ਮੌਲਾ ਤੂੰ ਹੁਕਮ ਦਿੱਤਾ ਹੈ ਜੋ ਰੋਸ਼ਲਮ ਤੋਂ ਬਾਬਲ ਚਲਾ ਜਾ ਮੈਂ ਚਲਾ ਗਿਆ ਮੌਲਾ ਇਹਦੇ ਵਿੱਚ ਵੀ ਹਕਮਤ ਹੈ ਇਹਦੇ ਵਿੱਚ ਵੀ ਮੇਰਾ ਮਕਸਦ ਹੈ ਹਜ਼ਰਤ ਦੀ ਮਕਾਰ ਤਵੱਜੋ ਕਰੋ ਇਬਰਾਹੀਮ ਅਲੈਹਿਸ ਸਲਾਮ ਅਰਜ਼ ਕਰਦੇ ਨੇ ਮੌਲਾ ਤੂੰ ਹੁਕਮ ਦਿੱਤਾ ਓ ਪੁੱਤਰ ਦੀ ਹਲਕ ਤੇ ਛੁਰੀ ਚਲਾ ਦੇ ਮੈਂ ਚਲਾ ਦਿੱਤੀ ਇਹਦੇ ਵਿੱਚ ਵੀ ਮੇਰਾ ਮਕਸਦ ਹੈ ਰੱਬੇ ਕਾਇਨਾਤ ਫਰਮਾਂਦਾ ਹੈ ਇਬਰਾਹੀਮ ਮਕਸਦ ਤੇ ਬੋਲ ਮਕਸਦ ਕੀ ਹੈ ਰੱਬੇ ਕਾਇਨਾਤ ਦੇ ਨਬੀ ਬੋਲੇ ਰੱਬਨਾ ਬਾਬਾ ਸੁਫੀਹਿਮ ਰਸੂਲਮ ਮਿਨਹੁਮ ਯਤਲੂ ਅਲੈਹਿਮ ਆਯਾਤਿਕਾ ਵਯੁਜ਼ਕੀਹਿਮ ਇਨਕਾ ਅੰਤਲ ਅਜ਼ੀਜ਼ੁਲ ਹਕੀਮ ਮੌਲਾ ਮਕਸਦ ਮੌਲਾ ਮਕਸਦ ਸੋਹਣਾ ਅਦਾ ਕਰਦੇ ਜਿਹਦੇ ਆਉਣ ਦੀਆਂ ਖਬਰਾਂ ਨਵੀਂ ਦਿੰਦੇ ਰਹੇ ਦੀਵਾਰ ਬਣਾਉਣ ਦੀਵਾਰ ਉੱਤੀ ਹੋ ਜਾਏ ਤੇ ਗੋਲ ਆ ਦਿੰਦੇ ਬਾਂਸਾਂ ਦੇ ਨਾਲ ਫੱਟੇ ਟੰਗ ਕੇ ਉੱਤੇ ਚੜ ਜਾਂਦੇ ਨੇ ਜਿੰਨਾ ਉੱਚਾ ਹੋਏ ਉਨੇ ਫੱਟੇ ਉੱਚੇ ਕਰ ਲੈਂਦੇ ਨੇ ਉਹਨਾਂ ਲੰਬਾ ਬਾਂਸ ਬੰਨ ਲੈਂਦੇ ਨੇ ਹੁਣ ਹਜ਼ਰਤ ਇਸਮਾਇਲ ਸਲਾਮ ਤੇ ਹਜ਼ਰਤ ਇਬਰਾਹੀਮ ਸਲਾਮ ਕਾਬੇ ਦੀ ਤਾਮੀਰ ਕਰ ਰਹੇ ਨੇ ਦੋਵੇ ਪਿਓ ਪੁੱਤਰ ਰਲ ਕੇ ਬਾਪ ਰਾਜਗੀਰੀ ਕਰਦਾ ਪੁੱਤਰ ਮਜ਼ਦੂਰੀ ਕਰਦਾ ਅੱਲਾ ਦੇ ਘਰ ਦੀ ਤਮੀਰ ਹੋ ਰਹੀ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਇੱਕ ਪੱਥਰ ਤੇ ਖਲੋਤੇ ਨੇ ਵਜੋ ਹੈ ਜਿਸ ਪੱਥਰ ਉੱਤੇ ਖਲੋ ਕੇ ਇਬਰਾਹੀਮ ਅਲੈਹਿਸ ਸਲਾਮ ਨੇ ਇੱਟਾਂ ਲਾਈਆਂ ਨੇ ਜਦੋਂ ਕੰਧ ਉੱਚੀ ਹੋ ਗਈ ਨਾ ਇਬਰਾਹੀਮ ਅਲੈਹਿਸ ਸਲਾਮ ਦੇ ਦਿਲ 'ਚ ਖਿਆਲ ਆਇਆ ਗੋ ਬੰਨਣੀ ਚਾਹੀਦੀ ਹੈ ਹੁਣ ਉੱਚੇ ਉੱਤੇ ਕਿਵੇਂ ਜਾਣਾ ਪੱਥਰ ਜਾਣਦਾ ਸੀ ਮੇਰੇ ਉੱਤੇ ਅੱਲਾ ਦਾ ਨਬੀ ਖਲੋਤਾ ਪੱਥਰ ਤੇ ਜਾਣਦਾ ਸਮਝੇ ਪੱਥਰ ਪੱਥਰ ਜਾਣਦਾ ਮੇਰਾ ਨਬੀ ਪਤਾ ਨੀ ਇਨਸਾਨ ਨੂੰ ਕਿਉਂ ਪਤਾ ਨੀ ਪੱਥਰ ਜਾਣਦਾ ਹੁਣ ਪੱਥਰ ਕੀ ਕਰਦਾ ਇਬਰਾਹੀਮ ਅਲੈਹਿਸ ਸਲਾਮ ਦੇ ਦਿਨ 'ਚ ਖਿਆਲ ਆਇਆ ਦੀਵਾਰ ਉੱਚੀ ਹੋ ਗਈ ਹੁਣ ਗੋ ਬੰਨਣੀ ਪਏਗੀ ਤਾਂ ਉੱਤੇ ਜਾਣਾ ਪਏਗਾ ਪੱਥਰ ਆਪੇ ਹੀ ਜ਼ਮੀਨ ਤੋਂ ਉੱਠਿਆ ਜਿੱਥੇ ਦੀਵਾਰ ਸੀ ਉੱਥੇ ਚਲਾ ਗਿਆ ਹਜ਼ਰਤ ਇਸਮਾਇਲ ਅਲੈਹਿਸ ਸਲਾਮ ਗਾਰਾ ਲਿਆਉਂਦੇ ਨੇ ਪੱਥਰ ਫੇਰ ਥੱਲੇ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਚੁੱਕ ਕੇ ਗਾਰਾ ਰੱਖਦੇ ਨੇ ਪੱਥਰ ਫੇਰ ਉੱਥੇ ਜਾਂਦਾ ਇੱਟਾਂ ਲਾਉਂਦੇ ਨੇ ਜਿੱਥੇ ਜਾਣਾ ਪੱਥਰ ਕਾਬੇ ਦੀ ਤਮੀਰ ਹੋ ਗਈ ਜਦੋਂ ਪੱਥਰ ਤੋਂ ਅੱਲਾ ਦੇ ਨਬੀ ਥੱਲੇ ਉਤਰੇ ਤੇ ਪੱਥਰ ਦੇ ਵਿੱਚ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਦੇ ਪੈਰ ਪੈਵਸਤ ਹੋ ਹੁਣ ਤਵੱਜੋ ਕਰੋ ਮੈਂ ਅਰਜ਼ ਜਿਹੜੀ ਕਰਨ ਲੱਗਾ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਜੋਰੋ ਸ਼ਿਲਮ ਤੋਂ ਚੱਲੇ ਤੇ ਬਾਬਲ ਗਏ ਬਾਬਲ ਤੋਂ ਚੱਲੇ ਫਲਸਤੀਨ ਗਏ ਫਲਸਤੀਨ ਤੋਂ ਚੱਲੇ ਹਜਾਜ਼ ਆਏ ਕਿਸੇ ਮਕਾਮ ਉਦੋਂ ਪੈਦਲ ਸਫ਼ਰ ਕਰਦੇ ਸਨ ਲੋਕ ਇਬਰਾਹੀਮ ਅਲੈਹਿਸ ਸਲਾਮ ਦੇ ਪੈਰ ਪੱਥਰਾਂ ਤੇ ਵੀ ਆਉਂਦੇ ਰਹੇ ਨੇ ਪਹਾੜਾਂ ਤੋਂ ਵੀ ਲੰਘਦੇ ਰਹੇ ਰਾਹਾਂ ਤੋਂ ਵੀ ਲੰਘਦੇ ਰਹੇ ਪੱਥਰਾਂ ਤੋਂ ਵੀ ਲੰਘਦੇ ਰਹੇ ਕਿਸੇ ਪੱਥਰ ਵਿੱਚ ਮੈਂ ਨਹੀਂ ਪੜਿਆ ਕਿਸੇ ਪੱਥਰ ਵਿੱਚ ਵੀ ਮੈਂ ਨਹੀਂ ਪੜਿਆ ਬਈ ਅੱਲਾ ਦੇ ਨਬੀ ਦਾ ਪੈਰ ਪੈਵਸਤ ਹੋਇਆ
لیکن کعبے دی تعمیر کردیاں اللہ دے نبی دے پیر پتھر وچ کیوں پیوست ہوئے؟ پتھر دا سینہ کیوں موم ہو گیا؟ پتھر جاندا سی اے اللہ دا نبی اے تے دیوار وی بناندا ہے کعبے دی، اے ایک وقت ایسا آونا ہے ایتھے آخر زمان نبی نے آ جانا ہے، جے میں پیر دے وچ پیوست نہ کیتے مینوں خورے کتھے سٹ چھ سٹ چھ سٹ چھ سٹ چھ ہائے 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 مینوں خورے کتھے سٹ چھن گے؟ جے دے پیر وچ پیوست کر لیں مینوں پتہ عقیدت والے لوگ آونے نے انہاں سانو جائے مصلی بنا لے۔ اور پھر ویکھ لو پتھر پتھر اندر پیر پیوست ہوئے نے، میں عمرہ کرن واسطے گیا، اللہ تعالی نے مینوں سعادت عطا فرمائی میں گیا۔ جڑے لوگ عمرہ کردے نے کرن واسطے جاندے نے، جڑے محبت والے لوکی نے طواف کردے ہیں کردے ہیں جدوں اوندے نے نا مقام ابراہیم دے سامنے 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 تے اونوں ویکھن ویکھدے نے تے نال ہی بوسا لے لے اوتے شرتے کھلوتے ہوندے نے۔ میرے دل چ بھی خیال آیا مقام ابراہیم چومو 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 میں بوسا دینا شرک ایڈا وڈا شرک تسا ایتھے کڈیا کیوں؟ نہیں سمجھ آئی وہ ایڈا وڈا شرک جے نو چمنا شرک اے تے اے پھر ایتھے کیوں کڈیا؟ اینو باہر کڈو باہر کڈو باہر کڈو اللہ مقام ابراہیم۔ میں کہ توں نہیں جاندا رب نے تے چمنا تے بڑی دور دی گل ہے تے اے عام ہے رب نے تے فرمایا وتخذو من مقام ابراہیم مصلا۔ او قیامت تک جڑا حجی ایتھے آئے جڑا عمرہ کرن واسطے آئے مقام ابراہیم تے سجدہ نہ کرے نہ طواف قبول ہے نہ عمرہ قبول ہے نہ حج قبول ہے۔ چم نہیں تسی سکدے سجدہ کر لو، رب نے فرمایا جیڑا بھی آؤں رہے گا جتھے ابراہیم دے قدم لگے نے اتھے سجدہ نہ کرے گا اسی اودا عمرہ تے حج ہی قبول نہیں کریں گے۔ ابراہیم علیہ السلام جدو اسماعیل علیہ السلام نو لے کے چلے نا شیطان مگر ہی ٹر پیا ابلیس مگر آیا کہن لگا کی کرن لگا ابراہیم پتر دی قربانی لگا کرن او خواب جھوٹے بھی ہوندے نے تو پتر نہ قربان کر دے وی پچھلی عمرے تینوں ملیا حضرت ابراہیم علیہ السلام نے دان دیا پیچھے ہٹ جا دفا جا نبی دی خواب جھوٹی نہیں ہوندی دفا جا اتنی گل کر کے ابراہیم پھر ٹرے تے او پھر مگر آ گیا آندا ابراہیم میں تینوں انا اجے وی پتر نو قربان نہ کریاں میں نے چھری چلائی اباں جھوٹیاں وی ہوندیاں اللہ دے نبی نے کی کیتا زمین تو پھڑیاں کہہ کر شیطان نو ماریاں رب نو ادا اتنی پسند آئی فرمایا قیامت تک جڑا ہوندا رہے گا اینو کہہ کریاں نہ مارے گا نہ حج قبول ہونا ہے تے نہ ہی عمرہ طواف قبول حج جو قبول ہوئے گا جدوں کہہ کریاں مارے گا جڑا حج کلمہ تے جائے
ਜਾਏ, ਸ਼ੈਤਾਨ ਨੂੰ ਕੰਕਰੀਆਂ ਨਾ ਮਾਰੇ, ਉਹਦੇ ਹੱਥ ਦਾ ਕੋਈ ਫਾਇਦਾ ਨਹੀਂ। ਓਏ ਵਜ੍ਹਾ ਕੀ ਹੈ? ਓਏ ਉਹ ਕੰਕਰੀਆਂ ਇਬਰਾਹੀਮ ਅਲੈਹ ਸਲਾਮ ਨੇ ਮਾਰੀਆਂ ਤੇ ਰੱਬ ਆਖਿਆ ਉਹ ਕਿਆਮਤ ਤੱਕ ਆਉਣ ਵਾਲੇ ਜਦ ਤੱਕ ਇਬਰਾਹੀਮ ਦੀ ਸੁਨਨਤ ਨੂੰ ਪੂਰਾ ਨਾ ਕਰੋਗੇ ਤੁਹਾਡਾ ਹੱਜ ਹੀ ਕਬੂਲ ਨਹੀਂ ਹੋਣਾ। ਕੌਣ ਜਮਾਤ ਅਲੀ ਲਾਸਾਨੀ ਰਹਿਮਤੁਲਾ ਅਲੈ ਆਪਣੇ ਵਕਤ ਦਾ ਕੁਤਬੇ ਮਦਾਰ ਉੱਚੀ ਆਖੋ ਸੁਭਾਨ ਅੱਲਾਹ ਆਪਣੇ ਵਕਤ ਦਾ ਕੁਤਬੇ 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 ਮਦਾਰ ਪੀਰੇ ਜਮਾਤ ਅਲੀ ਲਾਸਾਨੀ ਰਹਿਮਤੁਲਾਹ ਅਲੈਹ ਤਵੱਜੋ ਕਰੋ ਆਪ ਦਾ ਇੱਕ ਮੁਰੀਦ ਸੀ ਪਸਰੂਰ ਦਾ ਰਹਿਣ ਵਾਲਾ ਅਨਵਾਰੇ ਲਾਸਾਨੀ ਨਾਲ ਕਿਤਾਬ ਦਾ ਹਵਾਲਾ ਵੀ ਦੇਣਾ ਪਸਰੂਰ ਦਾ ਰਹਿਣ ਵਾਲਾ ਉਹ ਕੀ ਕਰਦਾ ਸੀ ਹਰ ਜੁਮੇ ਰਾਤ ਆਸਥਾਨੇ ਤੇ ਹਾਜ਼ਰੀ ਦਿੰਦਾ ਸੀ ਭਾਵੇਂ ਮੀਂਹ ਹੋਵੇ ਭਾਵੇਂ ਝੱਖੜ ਹੋਵੇ ਉਹਨੇ ਜਾਣਾ ਹੀ ਜਾਣਾ ਜਿਸ ਵੇਲੇ ਆਇਆ ਟੇਕ ਦੇ ਨਜ਼ਦੀਕ ਵਿੱਚ ਆਈ ਸੀ ਕਾਂਗ ਜਿਹਨਾਂ ਨੇ ਸੈਲਾਬ ਟੇਕ ਪੂਰੀ ਭਰੀ ਹੁਣ ਕਿਨਾਰੇ ਤੇ ਖਲੋ ਕੇ ਤੇ ਵੇਖਦਾ ਹੈ ਭਈ ਮੈਂ ਜਾਣਾ ਵੀ ਜ਼ਰੂਰ ਏ ਦਿਨ ਵੀ ਕੋਈ ਨਹੀਂ ਜੁਮੇ ਰਾਤ ਦਾ ਵੀ ਰਾਤ ਦਾ ਤੇ ਹੁਣ ਨਾ ਗਿਆ ਤੇ ਫਿਰ ਇੱਕ ਦਿਨ ਨਿਕਲ ਜਾਏਗਾ ਤੇ ਮੈਂ ਤੇ ਚਾਹੁੰਦਾ ਨਹੀਂ ਜਿਹੜੇ ਅਕੀਦਤ ਵਾਲੇ ਹੋਣ ਇੰਜ ਹੀ ਕਰਦੇ ਦਿਲ ਚ ਮੁਹੱਬਤ ਹੋਣੀ ਚਾਹੀਦੀ ਅਕੀਦਤ ਹੋਣੀ ਚਾਹੀਦੀ ਪਿਆਰ ਹੋਣਾ ਚਾਹੀਦਾ ਆਪਣੇ ਸ਼ੇਖ ਨਾਲ ਹੋਵੇ ਤੇ ਤਾਂ ਜੇ ਸ਼ੇਖ ਨਾਲ ਇਸ਼ਕ ਤੇ ਫਨਾ ਫਿਰ ਸ਼ੇਖ ਜੇ ਰਸੂਲ ਨਾਲ ਇਸ਼ਕ ਤੇ ਫਨਾ ਫਿਰ ਰਸੂਲ ਜੇ ਅੱਲਾ ਨਾਲ ਇਸ਼ਕ ਤੇ ਫਨਾ ਫਿਰਦਾ ਉਹ ਬੰਦਾ ਫਨਾ ਫਿਰ ਸ਼ੇਖ ਦੇ ਮੁਕਾਮ ਤੇ ਫਾਇਦੇ ਜਿਹੜਾ ਡੇਕ ਦੇ ਕਿਨਾਰੇ ਤੇ ਖਲੋ ਕੇ ਆਉਂਦਾ ਭਾਈ ਮੈਂ ਜਾਣਾ ਵੀ ਜ਼ਰੂਰ ਹੈ ਮੈਨੂੰ ਪੀਰ ਮੇਰਾ ਸੁਣੀ ਕੰਨ ਥਰ ਕੇ ਤੇਰਾ ਅੜਿਆ ਮੇਰਾ ਵਿੱਚ ਖਪਰਾਣਾ ਦੇ ਜਿੱਥੇ ਮੱਛ ਨਹੀਂ ਉਹ ਬਹਿੰਦੇ ਡਰਦੇ ਕੁਤਬ ਲਸਾਨੀ ਪੀਰ ਜਿਲਾਨੀ ਦੇ ਕੁਤਬ ਲਬਾਨੀ ਪੀਰ ਲਸਾਨੀ ਦੇ ਕੁਤਬ ਲਬਾਨੀ ਮੇਰੀ ਮਦਦ ਕਦੀ ਚੱਟ ਕਰਕੇ ਲਾਸਾਨੀ ਬਾਹੂ ਜਿਨਾ ਦੇ ਮੁਰਸ਼ਿਦ ਲਾਸਾਨੀ ਬਾਹੂ ਜਿਨਾ ਦੇ ਮੁਰਸ਼ਿਦ
ਨਾ ਸਾਡੀ ਬਾਹੋਂ ਉਹ ਕੰਡੀ ਲੱਗਦੇ ਕਰਕੇ ਹਜ਼ਰਤ ਨਿਵਾਰ ਤਵਜੋ ਕਰੋ ਦੋਸਤੋ ਉਹਨੇ ਪੀਰ ਵੱਲ ਨਜ਼ਰ ਕੀਤੀ ਅਲੀਪੁਰ ਸ਼ਹੀਦਾਂ ਵੱਲ ਨਜ਼ਰ ਕੀਤੀ ਏ ਆਂਦਾ ਪੀਰਾ ਮੈਂ ਆਉਣਾ ਵੀ ਜ਼ਰੂਰ ਏ ਤੇ ਦੇਖ ਵੀ ਬੜੀ ਭਰਪੂਰ ਏ ਸਰਕਾਰ ਕਰਮ ਫਰਮਾਇਓ ਟੇਕ ਚ ਛਾਲ ਮਾਰ ਦਿੱਤੀ ਜਦੋਂ ਲਹਿਰਾਂ ਵਿੱਚ ਫਸ ਗਿਆ ਭਵਨਾਂ ਵਿੱਚ ਫਸ ਗਿਆ ਭਵਨਾਂ ਵਿੱਚ ਫਸ ਗਿਆ ਅਚਾਨਕ ਇੱਕ ਬਾਬਾ ਜੀ ਆਏ ਕਹਿੰਦੇ ਨੇ ਓਏ ਉਹ ਮੇਰੇ ਕੰਧੇ ਤੇ ਪੈਰ ਰੱਖ ਕੇ ਪਾਰ ਲੱਗ ਜਾ ਉਹਨੇ ਕੰਧੇ ਤੇ ਪੈਰ ਰੱਖਿਆ ਕਿਨਾਰਾ ਆ ਗਿਆ ਜਦੋਂ ਪੀਰ ਦੀ ਬਾਰਗਾਹ ਚ ਪਹੁੰਚਿਆ ਪੀਰ ਲਸਾਨੀ ਬੈਠੇ ਹੋਏ ਨੇ ਕਹਿੰਦਾ ਸਰਕਾਰ ਅੱਜ ਮੈਂ ਆਉਣ ਲੱਗਾ ਤੇ ਟੇਕ ਭਰੀ ਹੋਈ ਸੀ ਤੇ ਮੈਂ ਤੁਹਾਨੂੰ ਯਾਦ ਕੀਤਾ ਆਪ ਪਰਮਾਤਮਾ ਨੇ ਹੋਏ ਬੇਲੀਆ ਉਹ ਮੇਰਾ ਕਲੇਰਾ ਵੀ ਵੇਖ ਲਿਆ ਕਰੋ ਸਾਨੂੰ ਪਰੇਸ਼ਾਨ ਨਾ ਕਰਿਆ ਕਰੋ ਆਂਦਾ ਹਜ਼ੂਰ ਕਿਵੇਂ ਫਰਮਾਇਆ ਕੰਧ ਤੋਂ ਕੱਪੜਾ ਚੁੱਕਿਆ ਫਰਮਾਇਆ ਵੇਖ ਤੇ ਸਹੀ ਇਹ ਤੇਰਾ ਹੀ ਪੈਰ ਬਈ ਰੱਬੇ ਕਾਇਨਾਤ ਸਾਨੂੰ ਸਭ ਨੂੰ ਅਮਲ ਦੀ ਤੌਫੀਕ ਅਤਾ ਫਰਮਾਏ ਬਈ ਇਹ ਕੰਮ ਜਿਹੜਾ ਸ਼ੁਰੂ ਹੋ ਗਿਆ ਨਾ ਇਹ ਬਹੁਤ ਹੁਣ ਇਹਨਾਂ ਨੇ ਕਿਸੇ ਦੀ ਗੱਲ ਨਹੀਂ ਸੁਣੀ।